ਸਤਿ ਸ਼੍ਰੀ ਅਕਾਲ ਜੀ। ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਨਿਤਿਕਾ ਤੇ ਤੁਸੀਂ ਵੇਖ ਰਹੇ ਹੋ ਆਲਮੀ ਖਬਰਾਂ। ਕੰਗਾਲੀ ਦੀ ਕਗਾਰ ਤੇ ਖੜੇ ਪਾਕਿਸਤਾਨ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਟੈਰਰ ਫੰਡਿੰਗ ਰੋਕਣ ਚ ਨਾਕਾਮ ਰਹਿਣ ਤੇ ਪਾਕਿਸਤਾਨ ਨੂੰ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਸਮੀਖਿਆ ਮੀਟਿੰਗ ਵਿੱਚ ਕਰਾਰਾ ਝਟਕਾ ਲੱਗਾ। ਇੱਕ ਮੀਟਿੰਗ ਵਿੱਚ ਪਾਕਿਸਤਾਨ ਨੂੰ ਕਿਸੇ ਵੀ ਦੇਸ਼ ਦਾ ਸਾਥ ਨਹੀਂ ਮਿਲਿਆ। ਇੱਥੋਂ ਤੱਕ ਪਾਕਿਸਤਾਨ ਦੇ ਹਮਦਰਦ ਚੀਨ, ਮਲੇਸ਼ੀਆ ਤੇ ਤੁਰਕੀ ਵੀ ਉਸ ਦੇ ਨਾਲ ਨਹੀਂ ਆਏ। ਪਾਕਿਸਤਾਨ ਪਹਿਲਾਂ ਤੋਂ ਹੀ ਗ੍ਰੇ ਲਿਸਟ ਵਿੱਚ ਹੈ ਤੇ ਜਿਹੇ ਵਿੱਚ ਹੁਣ ਉਸ ਨੂੰ ਡਾਰਕ ਗ੍ਰੇ ਲਿਸਟ ਵਿੱਚ ਪਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ FATF ਦਾ ਫੈਸਲਾ 18 ਅਕਤੂਬਰ ਨੂੰ ਆਉਣਾ। ਜਾਪਾਨ ਵਿੱਚ ਤੂਫਾਨ ਹਗੀਬਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 70 ਹੋ ਗਈ ਹੈ। ਰਾਸ਼ਟਰ ਪ੍ਰਸ਼ਾਸਨ ਕਰਤਾ NHK ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਾਹਤ ਅਤੇ ਬਚਾਅ ਕੰਮ ਤੀਜੇ ਦਿਨ ਵੀ ਜਾਰੀ ਹਨ ਤੇ ਏਜੰਸੀ ਦਾ ਕਹਿਣਾ ਹੈ ਕਿ ਇਸ ਭਿਆਨਕ ਤੂਫਾਨ ਦੇ ਬਾਅਦ ਤੋਂ 15 ਲੋਕ ਹੁਣ ਵੀ ਲਾਪਤਾ ਨੇ ਤੇ ਸ਼ਨੀਵਾਰ ਦੀ ਰਾਤ ਇਸ ਭਿਆਨਕ ਤੂਫਾਨ ਨੇ ਟੋਕਿਓ ਤੇ ਨੇੜੇ ਦੇ ਇਲਾਕਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ। ਪਾਕਿਸਤਾਨ ਦੀ ਇੱਕ ਅਦਾਲਤ ਖਿਲਾਫ਼ ਨਾਅਰੇ ਲਗਾਉਣ ਵਾਲੇ ਸੀਨੀਅਰ ਵਕੀਲ ਕਾਸ਼ਿਫ ਅਲੀ ਚੌਧਰੀ ਨੂੰ ਇੱਥੇ ਦਿਨ ਦਿਹਾੜੇ ਅਗਵਾ ਕਰ ਲਿਆ ਗਿਆ ਤੇ ਵਿਰੋਧੀ ਦਸਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਯਾਨੀ PMLN ਦੇ ਵਕੀਲ ਚੌਧਰੀ ਨੇ ਪਿਛਲੇ ਹਫ਼ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕੁਝ ਹੋਰ ਵਕੀਲਾਂ ਸਣੇ ਫੌਜ ਵਿਰੋਧੀ ਨਾਅਰੇ ਲਗਾਏ ਗਏ ਸਨ। ਚੌਧਰੀ ਦੇ ਭਰਾ ਨਾਜ਼ਿਮ ਹੁਸੈਨ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਹਨਾਂ ਦੇ ਭਰਾ ਨੂੰ ਠੋਕਰ ਨਿਆਜ਼ ਬੇਗ ਇਲਾਕੇ ਤੋਂ ਉਸ ਵੇਲੇ ਅਗਵਾ ਕਰ ਲਿਆ ਗਿਆ ਜਦੋਂ ਉਹ ਉੱਥੇ ਕੇਬਲ ਵਾਇਰ ਖਰੀਦਣ ਗਏ ਸਨ। ਦੋ ਵਾਹਨਾਂ ਵਿੱਚ ਆਏ ਕੁਝ ਅਣਪਛਾਤੇ ਲੋਕਾਂ ਨੇ ਪਹਿਲਾਂ ਉਹਨਾਂ ਦਾ ਰਸਤਾ ਰੋਕਿਆ ਤੇ ਇਸ ਤੋਂ ਬਾਅਦ ਉਹਨਾਂ ਨੂੰ ਜ਼ਬਰਦਸਤੀ ਇੱਕ ਵਾਹਨ ਵਿੱਚ ਬਿਠਾ ਕੇ ਲੈ ਗਏ ਤੇ ਇਸ ਵਾਰਦਾਤ ਦਾ CCTV ਫੁਟੇਜ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ। ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਮਿਤੀ 15 ਅਕਤੂਬਰ ਯਾਨੀ ਕਿ ਅੱਜ ਦਿਨ ਮੰਗਲਵਾਰ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੂ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਗੁਰਪੁਰਬ ਵਾਲੇ ਦਿਨ ਵਿਸ਼ੇਸ਼ ਸਮਾਗਮ ਹੋਣਗੇ। ਅਮਰੀਕਾ ਵਿੱਚ ਕੋਲੰਬਸ ਦਿਵਸ ਮੌਕੇ ਕ੍ਰਿਸਟੋਫਰ ਕੋਲੰਬਸ ਦੀਆਂ ਮੂਰਤੀਆਂ ਤੇ ਲਾਲ ਰੰਗ ਪਾ ਕੇ ਅਤੇ ਉਹਨਾਂ ਤੇ 15ਵੀਂ ਸਦੀ ਦੇ ਇਸ ਇਤਲਾਵੀ ਮਿਲਾਵ ਵਿਰੁੱਧ ਸੰਦੇਸ਼ ਲਿਖ ਕੇ ਛੇੜਛਾੜ ਕੀਤੀ ਗਈ। ਰੋਡ ਆਈਲੈਂਡ ਦੇ ਪ੍ਰੋਵਿਡੈਂਸ ਵਿੱਚ ਕੋਲੰਬਸ ਦੀ ਇਹ ਮੂਰਤੀ ਤੇ ਸੋਮਵਾਰ ਨੂੰ ਯਾਨੀ ਕਿ ਕੱਲ੍ਹ ਲਾਲ ਰੰਗ ਪਾ ਕੇ ਉਸ ਤੇ ਕਤਲੇਆਮ ਦਾ ਜਸ਼ਨ ਮਨਾਉਣਾ ਬੰਦ ਕਰੋ ਦਾ ਸੰਦੇਸ਼ ਲਿਖਿਆ ਸੀ। ਦੱਖਣੀ ਕੈਲੀਫੋਰਨੀਆ ਦੇ ਚੋਲਾ ਵਿਸਤਾ ਸ਼ਹਿਰ ਅਤੇ ਸਾਨ ਫਰਾਂਸਿਸਕੋ ਵਿੱਚ ਕੋਇਟ ਟਾਵਰ ਨੇੜੇ ਲੱਗੀਆਂ ਕੋਲੰਬਸ ਦੀਆਂ ਮੂਰਤੀਆਂ ਨੂੰ ਵੀ ਅਜਿਹੀ ਨੁਕਸਾਨ ਪਹੁੰਚਾਇਆ ਗਿਆ। ਅਮਰੀਕੀ ਮੂਲ ਦੇ ਕੁਝ ਲੋਕਾਂ ਨੇ ਕੋਲੰਬਸ ਦਿਵਸ ਨੂੰ ਇੰਡੀਜਨਸ ਪੀਪਲਸ ਡੇ ਦੇ ਰੂਪ ਵਿੱਚ ਮਨਾਉਣ ਦਾ ਸਮਰਥਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਕੋਲੰਬਸ ਨੇ ਅਮਰੀਕਾ ਵਿੱਚ ਸਵਦੇਸ਼ੀ ਆਬਾਦੀ ਵਿਰੁੱਧ ਸਦੀਆਂ ਤੱਕ ਚੱਲਣ ਵਾਲੇ ਕਤਲੇਆਮ ਨੂੰ ਵਧਾਵਾ ਦਿੱਤਾ। ਪੋਲੈਂਡ ਤੇ ਰੂਸ ਨੇ ਉੱਤਰੀ ਮਕਦੂਨੀਆ ਦੇ ਸਾਈਪ੍ਰਸ ਨੂੰ ਹਰਾ ਕੇ ਯੂਰੋ 2020 ਫੁੱਟਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ, ਜਦਕਿ ਜਰਮਨੀ ਤੇ ਨੀਦਰਲੈਂਡ ਇਸ ਦੇ ਨੇੜੇ ਪਹੁੰਚ ਗਏ ਹਨ। ਰੂਸ ਨੇ 10 ਖਿਡਾਰੀਆਂ ਤੱਕ ਸਿਮਟੇ ਸਾਈਪ੍ਰਸ ਨੂੰ 5-0 ਨਾਲ ਹਰਾਇਆ, ਜਦਕਿ ਪੋਲੈਂਡ ਨੇ ਉੱਤਰੀ ਮਕਦੂਨੀਆ ਨੂੰ 2-0 ਨਾਲ ਹਰਾਇਆ। ਰੂਸ ਦੇ ਗਰੁੱਪ ਆਈ ਤੋਂ ਕੁਆਲੀਫਾਈ ਕਰਨ ਤੋਂ ਸਿਰਫ ਨਿਕੋਸ਼ੀਆ ਵਿਰੁੱਧ ਹਾਰ ਨੂੰ ਟਾਲਣਾ ਸੀ ਤੇ ਇਸ ਗਰੁੱਪ ਤੋਂ ਬੈਲਜੀਅਮ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਿਆ, ਜਿਸ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾਇਆ। ਯੂਰੋ ਚੈਂਪੀਅਨਸ਼ਿਪ ਫਾਈਨਲ ਅਗਲੇ ਸਾਲ 12 ਜੂਨ ਤੋਂ ਸ਼ੁਰੂ ਹੋਵੇਗੀ ਅਤੇ 12 ਵੱਖ-ਵੱਖ ਸਥਾਨਾਂ ਤੇ ਖੇਡੀ ਜਾਵੇਗੀ। ਜਰਮਨੀ ਗਰੁੱਪ ਸੀ ਵਿੱਚ ਚੋਟੀ ਤੇ ਹੈ ਤੇ ਜਿਸਨੇ ਬੈਲਾਰੂਸ ਨੂੰ 2-1 ਨਾਲ ਹਰਾਇਆ ਤੇ ਨੀਦਰਲੈਂਡ ਨੇ ਉੱਤਰੀ ਆਇਰਲੈਂਡ ਨੂੰ 3-1 ਨਾਲ ਹਰਾਇਆ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਊਦੀ ਅਰਬ ਪਹੁੰਚੇ, ਜਿੱਥੇ ਉਹ ਤੇਲ ਸਮਝੌਤਿਆਂ ਤੇ ਮੋਹਰ ਲਗਾਉਣਗੇ ਤੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਖਾੜੀ 'ਚ ਪੈਦਾ ਤਣਾਅ ਨੂੰ ਦੂਰ ਕਰਨ ਦਾ ਯਤਨ ਕਰਨਗੇ। ਸਾਊਦੀ ਅਰਬ ਦੇ ਸ਼ਾਹ ਸਲਮਾਨ ਤੇ ਉਹਨਾਂ ਦੇ ਧੀ ਤੇ ਯੁਵਰਾਜ ਮੁਹੰਮਦ ਬਿਨ ਸਲਮਾਨ ਨੇ ਪੁਤਿਨ ਅਤੇ ਰੂਸੀ ਵਿਦੇਸ਼ੀ ਮੰਤਰੀ ਸਰਗੇਈ ਲਾਵਰੋਵ ਦਾ ਰਿਆਦ ਸਥਿਤ ਅਲ ਯਮਾਮਾ ਪੈਲਸ 'ਚ ਸਵਾਗਤ ਕੀਤਾ। ਪੁਤਿਨ ਦੀ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਸਾਊਦੀ ਅਰਬ ਦੇ ਤੇਲ ਸਰੋਤਾਂ ਤੇ ਹਮਲੇ ਲਈ ਖਾੜੀ ਦੇਸ਼ ਅਤੇ ਅਮਰੀਕਾ ਨੇ ਰੂਸ ਦੇ ਸਹਿਯੋਗੀ ਇਰਾਨ ਤੇ ਦੋਸ਼ ਲਗਾਇਆ। ਰੂਸ ਦੇ ਸਿਆਸੀ ਮਾਮਲਿਆਂ ਦੇ ਜਾਣਕਾਰ ਲਕਿਆਨੋਵ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ 'ਚ ਮੁੱਖ ਮੁੱਦਾ ਤੇਲ ਹੋਵੇਗਾ, ਕਿਉਂਕਿ ਓਪੇਕ ਦੇਸ਼ਾਂ ਦੇ ਨਾਲ ਰੂਸ ਦਾ ਤੇਲ ਸਮਝੌਤਾ ਹੋ ਰਿਹਾ। ਅਜੋਕੇ ਯੁੱਗ ਵਿੱਚ ਜਿੱਥੇ ਦੁਨੀਆ ਦੇ ਬਹੁਤ ਲੋਕ ਗੂਗਲ ਦੀ ਸਹਾਇਤਾ ਨਾਲ ਬਹੁਤ ਕੰਮ ਕਰਨਾ ਪਸੰਦ ਕਰਦੇ ਹਨ, ਜਿਸ ਸੰਬੰਧੀ ਉਹਨਾਂ ਨੂੰ ਕੋਈ ਢੁੱਕਵੀਂ ਜਾਣਕਾਰੀ ਨਹੀਂ ਹੁੰਦੀ।
ਇੱਥੇ ਦੇ ਸੂਬੇ ਸਰਦੀਨੀਆਂ ਵਿਖੇ ਗੂਗਲ ਮੈਪ ਦੀ ਗਲਤ ਜਾਣਕਾਰੀ ਸੈਲਾਨੀਆਂ ਲਈ ਮੁਸੀਬਤ ਦਾ ਸਬਬ ਬਣ ਰਹੀ ਹੈ। ਸੂਬਾ ਸਰਦੀਨੀਆਂ ਦੀ ਨਾਂ ਦੇ ਜ਼ਿਲ੍ਹਾ ਔਲੀਆਸਟਰਾ ਦੇ ਸ਼ਹਿਰ ਬੋਨਈ ਦੇ ਮੇਅਰ ਸਲਵਾਤੋਰੇ ਕੋਰੀਸ ਨੇ ਇਸ ਦੀ ਜਾਣਕਾਰੀ ਨੂੰ ਜਨਤਕ ਕਰਦਿਆਂ ਕਿਹਾ ਕਿ ਸਰਦੀਨੀਆਂ ਇਲਾਕੇ ਵਿੱਚ ਆਉਣ ਵਾਲੇ ਸੈਲਾਨੀ ਕਿਰਪਾ ਕਰਕੇ ਗੂਗਲ ਮੈਪ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਦੀ ਗਲਤ ਜਾਣਕਾਰੀ ਕਾਰਨ ਇਸ ਇਲਾਕੇ ਵਿੱਚ ਅਨੇਕਾਂ ਸੈਲਾਨੀ ਭਟਕ ਗਏ, ਜਿਨ੍ਹਾਂ ਨੂੰ ਕਾਫ਼ੀ ਜੱਦੋ ਜਹਿਦ ਦੇ ਨਾਲ ਲੱਭਿਆ ਗਿਆ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਨੇਪਾਲ ਦੀ ਯਾਤਰਾ ਕੀਤੀ ਅਤੇ ਇਸ ਦੌਰਾਨ ਚੀਨ ਨੇ ਨੇਪਾਲ ਦੇ ਸ਼ੁੱਧ ਸੁਰੱਖਿਆ ਪ੍ਰੋਵਾਈਡਰ ਵਜੋਂ ਉਭਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਕਿ ਚੀਨ ਨੇ ਕਿਸੇ ਹੋਰ ਦੇਸ਼ ਦੀ ਪ੍ਰਭੂ ਸੱਤਾ ਨੂੰ ਸੁਰੱਖਿਅਤ ਕਰਨ ਲਈ ਭਰੋਸਾ ਦਿੱਤਾ ਹੈ। ਸ਼ੀ ਜਿਨਪਿੰਗ ਨੇ ਕਾਠਮੰਡੂ 'ਚ ਕਿਹਾ ਕਿ ਚੀਨ ਹਮੇਸ਼ਾ ਨੇਪਾਲ ਦੀ ਸੁਰੱਖਿਆ, ਰਾਸ਼ਟਰੀ ਸੁਤੰਤਰਤਾ, ਪ੍ਰਭੂ ਸੱਤਾ ਅਤੇ ਖੇਤਰੀ ਅਖੰਡਤਾ ਬਣਾਉਣ ਦੀ ਕੋਸ਼ਿਸ਼ ਕਰੇਗਾ। ਸੋ ਦੋਸਤੋ, ਇਹ ਸਨ ਅੱਜ ਦੀਆਂ ਆਲਮੀ ਖਬਰਾਂ। ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਤੁਸੀਂ ਹਰ ਰੋਜ਼ ਸਾਡਾ ਚੈਨਲ ਗੱਲ ਪੰਜਾਬ ਦੀ ਟੀਵੀ ਵੇਖਦੇ ਹੋ। ਇੱਕ ਗੁਜ਼ਾਰਿਸ਼, ਜੇ ਤੁਸੀਂ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਦੇ ਪਰਿਵਾਰ ਦੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈੱਲ ਆਈਕਨ ਵੀ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹਰ ਰੋਜ਼ ਦੀਆਂ ਨਵੀਆਂ ਨੋਟੀਫਿਕੇਸ਼ਨਸ ਟਾਈਮ ਟੂ ਟਾਈਮ ਮਿਲਦੀਆਂ ਰਹਿਣ। ਸੋ ਹੁਣ ਮੈਨੂੰ ਦੇਵੋ ਇਜਾਜ਼ਤ ਅਤੇ ਵੇਖਦੇ ਰਹੋ ਗੱਲ ਪੰਜਾਬ ਦੀ ਟੀਵੀ, ਗੱਲ ਸਾਡੀ ਅਤੇ ਸਾਡੇ ਸਾਰਿਆਂ ਦੀ।